ਪਰਿਵਾਰ ਲਈ ਰੋਜ਼ੀ ਰੋਟੀ ਕਮਾਉਣ ਗਿਆ ਇੱਕ ਪੰਜਾਬੀ ਨੌਜਵਾਨ ਸਾਊਥ ਕੋਰੀਆ ਦੇ ਵਿੱਚ ਲਾਪਤਾ ਹੋ ਗਿਆ। ਹਾਲਾਂਕਿ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕੋਈ ਸੁਰਾਗ ਨੌਜਵਾਨ ਦਾ ਨਹੀਂ ਮਿਲਿਆ ਅਤੇ ਜਿਵੇਂ ਹੀ ਮਾਪਿਆਂ ਨੂੰ ਆਪਣੇ ਨੌਜਵਾਨ ਪੁੱਤ ਦੇ ਗਵਾਚਣ ਦੀ ਸੂਚਨਾ ਮਿਲੀ, ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤ ਹੈ ਤੇ ਆਪਣੀਆਂ ਤਿੰਨ ਭੈਣਾਂ ਦਾ ਇਕਲੌਤਾ ਭਰਾ ਹੈ ਜੋ 2020 ਦੇ ਵਿੱਚ 1 acre ਜ਼ਮੀਨ ਵੇਚ ਕੇ ਸਾਊਥ ਕੋਰੀਆ ਗਿਆ ਸੀ। ਨੌਜਵਾਨ ਦਾ ਨਾਮ ਆਕਾਸ਼ਦੀਪ ਹੈ ਜੋ ਖੰਨਾ ਅਧੀਨ ਮਾਛੀਵਾੜਾ ਨੇੜਲੇ ਪਿੰਡ ਮਾਛੀਵਾੜਾ ਖਾਨ ਦਾ ਰਹਿਣ ਵਾਲਾ ਹੈ। ਇਸ ਮੌਕੇ ਪਿਤਾ ਰਾਕੇਸ਼ ਕੁਮਾਰ ਨੇ ਭਰੇ ਮਨ ਨਾਲ ਦੱਸਿਆ ਕਿ ਉਸਨੇ ਆਪਣੇ ਇਕਲੌਤੇ ਪੁੱਤ ਆਕਾਸ਼ਦੀਪ, ਜਿਸ ਦੀ ਉਮਰ ਮਹਿਜ਼ 24 ਸਾਲ ਦੀ ਆ, ਉਸਨੂੰ 2020 ਦੇ ਵਿੱਚ 1 acre ਜ਼ਮੀਨ ਵੇਚ ਕੇ ਚੰਗੇ ਭਵਿੱਖ ਲਈ ਸਾਊਥ ਕੋਰੀਆ ਭੇਜਿਆ ਸੀ, ਜਿੱਥੇ ਉਹ ਰੁਜ਼ਗਾਰ ਕਰਕੇ ਪਿੱਛੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ। ਲੰਘੀ 16 ਅਗਸਤ 2024 ਨੂੰ ਉਸਦਾ ਬੇਟਾ ਸਾਊਥ ਕੋਰੀਆ 'ਚ ਭੇਤ ਭਰੇ ਹਾਲਾਤਾਂ ਦੇ ਵਿੱਚ ਲਾਪਤਾ ਹੋ ਗਿਆ ਅਤੇ ਉਸਦਾ ਮੋਬਾਈਲ ਫੋਨ ਵੀ ਬੰਦ ਹੋ ਗਿਆ। ਜਦੋਂ ਉਸਨੇ ਆਪਣੇ ਬੇਟੇ ਆਕਾਸ਼ਦੀਪ ਦੇ ਦੋਸਤਾਂ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ 16 ਅਗਸਤ ਨੂੰ ਸਾਊਥ ਕੋਰੀਆ ਦੇ ਪੁਲਿਸ ਥਾਣਾ ਸੁਵਾਨ ਦੇ ਖੇਤਰ ਦੇ ਵਿੱਚ ਰਾਤ ਸਮੇਂ ਉਹ ਇਕੱਠੇ ਜਾ ਰਹੇ ਸਨ ਕਿ ਇੱਕ ਪੈਟਰੋਲ ਪੰਪ ਤੇ ਉਹਨਾਂ ਦੇ ਪਿੱਛੇ ਪੁਲਿਸ ਲੱਗ ਗਈ। ਸਾਊਥ ਕੋਰੀਆ ਦੇ ਵਿੱਚ ਕੱਚੇ ਹੋਣ ਕਾਰਨ ਉਹ ਘਬਰਾ ਗਏ ਕਿ ਕਿਧਰੇ ਪੁਲਿਸ ਉਹਨਾਂ ਨੂੰ ਫੜ ਕੇ ਡਿਪੋਰਟ ਨਾ ਕਰ ਦੇਵੇ, ਇਸ ਲਈ ਉਹ ਸਾਰੇ ਵੱਖ ਵੱਖ ਭੱਜ ਗਏ। ਦੋਸਤਾਂ ਨੇ ਦੱਸਿਆ ਕਿ ਕਾਰ ਦੇ ਵਿੱਚ ਸਵਾਰ ਉਹ ਤਿੰਨੋਂ ਬਾਅਦ ਦੇ ਵਿੱਚ ਆਪਣੇ ਘਰ ਪਰਤ ਆਏ, ਪਰ ਆਕਾਸ਼ਦੀਪ ਦਾ ਇਸ ਘਟਨਾ ਤੋਂ ਬਾਅਦ ਕੁਝ ਪਤਾ ਨਹੀਂ ਲੱਗਿਆ। ਆਕਾਸ਼ਦੀਪ ਨੂੰ ਉਸਦੇ ਦੋਸਤਾਂ ਨੇ ਸਾਊਥ ਕੋਰੀਆ ਦੇ ਵਿੱਚ ਲੱਭਣ ਦੀ ਵੀ ਕੋਸ਼ਿਸ਼ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ। ਇਸ ਤੋਂ ਇਲਾਵਾ ਸਾਊਥ ਕੋਰੀਆ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਗੁੰਮਸ਼ੁਦਗੀ ਦੀ ਅਨਾਊਂਸਮੈਂਟ ਵੀ ਕਰਵਾਈ ਗਈ ਅਤੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਪਰ ਕੁਝ ਪਤਾ ਨਹੀਂ ਲੱਗਿਆ। ਪੀੜਤ ਪਰਿਵਾਰ ਨੇ ਹੁਣ ਦੱਸਿਆ ਕਿ ਉਹਨਾਂ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ, ਮੁੱਖ ਮੰਤਰੀ ਭਗਵੰਤ ਮਾਨ, ਗ੍ਰਹਿ ਮੰਤਰੀ ਅਤੇ ਵਿਦੇਸ਼ ਮੰਤਰੀ ਤੋਂ ਇਲਾਵਾ ਅੰਬੈਸੀ ਦੇ ਵਿੱਚ ਜਾ ਕੇ ਆਪਣੇ ਪੁੱਤ ਦੀ ਤਲਾਸ਼ ਲਈ ਗੁਹਾਰ ਲਗਾਈ ਹੈ ਅਤੇ ਪੱਤਰ ਦਿੱਤੇ ਨੇ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਬੇਟੇ ਦਾ ਨਾਮ ਹੈ ਕਿ ਜੀ ਮੇਰਾ ਆਕਾਸ਼ਦੀਪ ਰਾਣਾ ਉਰਫ ਗੱਗੂ ਕਹਿੰਦੇ ਤੇ ਉਹਨੂੰ, ਉਹ ਗਿਆ ਤਾ ਜੀ 2020 'ਚ ਗਿਆ ਤਾ ਜੀ ਉਹ, ਅਤੇ ਉਹ ਕੋਰੀਆ ਗਿਆ ਤਾ ਜੀ, ਕੋਰੀਆ ਉਹ ਰਹਿੰਦਾ ਤਾ ਜੀ ਖੋਂਗਜੂ ਸ਼ਹਿਰ ਦੇ ਵਿੱਚ। ਉੱਥੋਂ ਜੀ ਇਹ ਦੋ ਤਿੰਨ ਮੁੰਡੇ ਗਏ ਅਤੇ ਬਾਹਰ ਘੁੰਮਣ ਘਾਮਣ, ਉੱਥੇ ਗੱਡੀ 'ਚ ਤੇਲ ਇਹਨਾਂ ਨੇ ਪਵਾਇਆ, ਗੱਡੀ 'ਚ ਤੇਲ ਪਵਾ ਕੇ ਵਾਪਸ ਹੋਣ ਲੱਗੇ, ਉੱਥੇ ਪੁਲਿਸ ਤੋਂ ਡਰ ਕੇ ਇਹ ਤਿੰਨੇ ਚਾਰੇ ਬੱਚੇ ਭੱਜ ਲਏ, ਇੱਕ ਬੱਚਾ ਫੜ ਹੋ ਗਿਆ, ਇਹ ਤਿੰਨੇ ਭੱਜ ਲਏ, ਜਿਹੜਾ ਫੜ ਹੋ ਗਿਆ ਜੀ ਉਹ ਵੀ ਪੁਲਿਸ ਵਾਲਿਆਂ ਨੇ ਛੱਡਤਾ ਜੀ, ਜਿਹੜੇ ਦੂਜੇ ਦੋ ਭੱਜੇ ਤੇ ਉਹ ਵੀ ਕਮਰੇ 'ਚ ਪਹੁੰਚ ਗਏ ਜੀ, ਅਤੇ ਜੋ ਮੇਰੇ ਵਾਲਾ ਬੇਟਾ ਆ ਆਕਾਸ਼ਦੀਪ ਰਾਣਾ ਉਰਫ ਗੱਗੂ, ਉਹ ਹਜੇ ਤੱਕ ਉਹਦੀ ਸੂਹ ਨਹੀਂ ਲੱਗ ਰਹੀ ਜੀ। ਤਰੀਕ ਹੈਗੀ ਆ ਜੀ 16 ਤਰੀਕ ਦਾ ਰਾਤ ਨੂੰ 11 ਵਜੇ ਦਾ ਗੈਪ ਆ ਜੀ, ਹਜੇ ਤੱਕ ਉਹਦਾ ਕੋਈ ਸੁਰਾਖ ਨਹੀਂ ਮਿਲਿਆ। ਮੈਂ ਹੱਥ ਬੰਨ ਕੇ ਬੇਨਤੀ ਕਰਦਾ ਜੀ ਜੋ ਮੇਰੇ ਬੱਚੇ ਦਾ ਕੋਈ ਵੀ ਸੁਰਾਖ ਦੇ ਦੇਵੇ ਮੈਂ ਉਹਦਾ ਤਾਬਿਆਦਾਰ ਹੋਊਂਗਾ, ਜੇ ਕਿਸੇ ਨੇ ਮੇਰੇ ਤੋਂ ਖਰਚਾ ਪਰਚਾ ਵੀ ਲੈਣਾ ਮੈਂ ਉਹ ਵੀ ਦੇਣ ਨੂੰ ਤਿਆਰ ਹਾਂ ਜੀ। ਗੱਲ ਕੀਤੀ ਹੈ ਕਿਸੇ ਨਾਲ, ਕਿਸੇ ਮਿਨਿਸਟਰ ਨੂੰ ਮਿਲੇ ਹੋ ਵੀ ਉਹਦੇ ਬਾਰੇ? ਅਸੀਂ ਜੀ ਆਹ ਚਿੱਠੀ ਜੀ ਪਹਿਲਾਂ ਇੱਕ ਦਿਨ ਰਵਨੀਤ ਸਿੰਘ ਬਿੱਟੂ ਹੈ ਜੀ ਇਹਨਾਂ ਨੂੰ ਭੇਜੀ ਦੀ ਜੀ, ਅਤੇ ਮੈਂ ਕੱਲ੍ਹ CM ਦਫ਼ਤਰ ਚੰਡੀਗੜ੍ਹ ਉੱਥੇ ਦੇ ਕੇ ਆਇਆ ਜੀ। ਅੱਜ ਅਨੁਰਾਗ ਠਾਕਰੇ ਦੇ ਮੇਰਾ ਛੋਟਾ ਬ੍ਰਦਰ ਉਹ ਦਿੱਲੀ ਗਏ ਜੀ ਅਨੁਰਾਗ ਠਾਕਰੇ ਨੂੰ ਦੇਣ ਚਿੱਠੀ ਜੀ। ਹਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ, ਅਸੀਂ ਇਹੀ ਕਹਿੰਦੇ ਵੀ ਸਾਡੀ ਕੋਈ ਮਾੜੀ ਸੁਣਵਾਈ ਹੋ ਜਾਵੇ, ਇਕੱਲਾ ਬੇਟਾ ਮੇਰਾ। ਗ੍ਰਹਿ ਮੰਤਰਾਲੇ ਨੂੰ ਵੀ ਚਿੱਠੀ ਲਿਖੀ ਹੈ? ਹਾਂਜੀ ਹਾਂਜੀ, ਗ੍ਰਹਿ ਮੰਤਰਾਲੇ ਨੂੰ ਵੀ ਲਿਖੀ ਹੈ ਚਿੱਠੀ ਜੀ।
ਬਾਹਰ ਪੁਲਿਸ ਨਾਲ ਪੁਲਿਸ ਹਾਂਜੀ ਪੁਲਿਸ ਸਟੇਸ਼ਨ 'ਤੇ ਜੀ ਰਬੜ ਦਰਜ ਕਰਾਈ ਹੋਈ ਆ। ਇਮੀਗ੍ਰੇਸ਼ਨ ਵਾਲਿਆਂ ਕੋਲ ਵੀ ਨੰਬਰ ਦੇ ਕੇ ਆਏ ਜੀ, ਪਾਸਪੋਰਟ ਦੀ ਫੋਟੋ ਦਿੱਤੀ ਹੋਈ ਆ, ਅਤੇ ਗੁਰਦੁਆਰਿਆਂ 'ਚ ਵੀ ਉੱਥੇ ਸਾਰੇ ਪੁੱਜ ਦੀ ਫੋਟੋ ਦਿੱਤੀ ਹੋਈ ਹੈ ਜੀ। ਉੱਥੇ ਵੀ ਨਿਊਜ਼ ਵੀ ਚੱਲਦੀ ਹੈ ਇੱਕ ਜੀ, ਪਰ ਹਜੇ ਤੱਕ ਕੋਈ ਸੁਰਾਖ ਨਹੀਂ ਜੀ ਮਿਲਿਆ। ਅਪੀਲ ਕੀ ਕਰਨਾ ਚਾਹੁੰਦੇ? ਅਪੀਲ ਅਸੀਂ ਸਰਕਾਰ ਨੂੰ ਵੀ ਸਰਕਾਰ ਸਾਡੀ ਮਦਦ ਕਰੇ ਜੀ, ਉੱਥੇ ਬਾਹਰ ਜਾ ਕੇ ਜੀ, ਉੱਥੇ ਸਾਡੇ ਬਈ ਜਿਹੜੀ ਸਰਕਾਰ ਆ ਬਾਹਰਲੀ ਸਰਕਾਰ ਨੂੰ ਕਹੇ ਤਾਂ ਉਹ ਸਰਕਾਰ ਮਾੜਾ ਜਿਹਾ ਛੇਤੀ ਕੰਮ ਕਰ ਦੇ, ਸਾਡੀ ਤਾਂ ਉੱਥੇ ਸੁਣਵਾਈ ਉਹ ਹੈ ਨਹੀਂ ਜੀ। ਜੇ ਸਾਡੀ ਸਰਕਾਰ ਉੱਧਰ ਦਬਾਅ ਪਾਊਗੀ ਤਾਂ ਜੀ ਕੰਮ ਕਰ ਸਕਦੇ ਹਾਂ ਜੀ, ਉਹ ਨਹੀਂ ਉਹਨਾਂ ਦਾ ਤਾਂ ਢਿੱਲਾ ਹੀ ਆ ਕੰਮ ਜੀ। ਜਿਹੜੇ ਨਾਲ ਦੇ ਲੜਕੇ ਸੀ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈ? ਨਾਲ ਦੇ ਲੜਕਿਆਂ ਨਾਲ ਵੀ ਗੱਲਬਾਤ ਹੋਈ ਨਹੀਂ ਜੀ, ਉਹ ਵਿਚਾਰੇ ਉਹ ਵੀ ਭੱਜ ਗਏ ਜੀ। ਉਵੇਂ ਕਾਸ਼ ਦੀ ਬਰਾਣਾ ਇਹ ਇਹਨੇ ਨਹੀਂ ਪੁਲਿਸ ਦੀ ਗੱਡੀ ਦੇਖੀ ਹੈ ਜੀ, ਇਹ ਡਰ ਦੇ ਮਾਰੇ ਤਿੰਨੇ ਫਰਾਰ ਹੋ ਗਏ ਜੀ ਉੱਥੋਂ। ਜਿਹੜਾ ਗੱਡੀ ਦਾ ਡਰਾਈਵਰ ਤਾ ਜੀ ਉਹ ਪੁਲਿਸ ਵਾਲੇ ਨੇ ਫੜਿਆ, ਅਤੇ ਦੂਜੇ ਦਿਨ ਉਹਦੀ ਤਹਿਕੀਕਾਤ ਕਰਕੇ ਉਹ ਵੀ ਛੱਡਤਾ ਜੀ। ਫਿਰ ਅਸੀਂ ਜੀ ਉੱਥੇ ਮੁੰਡੇ ਸਾਡੇ ਇੱਥੇ ਗੁਆਂਢ ਦੇ ਜੀ ਪੱਕੇ ਦੋ ਮੁੰਡੇ, ਉਹਨਾਂ ਨੇ ਥਾਣੇ ਤਲਾਹ ਦਿੱਤੀ, ਉਹ ਥਾਣੇ ਵਾਲੇ ਨੇ ਵੀ ਜੀ ਕੁਛ ਨਹੀਂ ਕਰਿਆ। ਫਿਰ ਇਮੀਗ੍ਰੇਸ਼ਨ 'ਚ ਜਾ ਕੇ ਆਏ ਜੀ, ਪਾਸਪੋਰਟ ਫੋਟੋ ਦਿੱਤੀ, ਉੱਥੇ ਵੀ ਕੁਛ ਨਹੀਂ ਬਣਿਆ ਜੀ। ਫਿਰ ਦੂਆ ਕਿਆ ਤਾਂ ਉਹ ਲੈਂਦੇ ਆ ਜੀ, ਐਮਐਸਸੀ 'ਚ ਵੀ ਗਏ ਜੀ, ਉੱਥੇ ਵੀ ਸਾਡੀ ਕੋਈ ਕਿਸੇ ਨੇ ਪੁੱਛ ਗਿੱਛ ਨਹੀਂ ਕਰੀ। ਅਸੀਂ ਆਪਣੀ ਗੌਰਮੈਂਟ ਨੂੰ ਇਹੀ ਕਹਿੰਦੇ ਹਾਂ ਜੀ, ਸਾਡੀ ਕੋਈ ਮਦਦ ਕਰੇ, ਉੱਥੇ ਦੀ ਗੌਰਮੈਂਟ ਨੂੰ ਇਹ ਕਹਿਣ ਬਈ ਮਾੜਾ ਜਿਹਾ ਇਹਦਾ ਬਈ ਬੱਚੇ ਦੀ ਦੇਖਭਾਲ ਕਰੋ, ਅਤੇ ਸਾਡਾ ਮੁੰਡਾ ਜਿੰਨਾ ਚਿਰ ਜਲਦੀ ਕੋਈ ਮਾੜਾ ਮੋਟਾ ਸੁਰਾਖ ਕੇ ਸਾਨੂੰ ਮਿਲ ਜਾਵੇ, ਚਾਹੇ ਪੁਲਿਸ 'ਚ ਹੋਵੇ ਜਾਂ ਕਿਤੇ ਬਾਹਰ ਹੋਵੇ, ਸਾਨੂੰ ਇਹਦੇ ਤੱਕ ਮਾੜੀ ਜਿਹੀ ਕੋਈ ਤਹਿਕੀਕਾਤ ਜ਼ਰੂਰੀ, ਸਾਡੀ ਜਿਹੜੀ ਪੰਜਾਬ ਗੌਰਮੈਂਟ ਹੈ ਇਹ ਜ਼ਰੂਰੀ ਕਰਵਾ ਦੇਵੇ ਸਾਡੀ ਉੱਧਰ ਬਾਹਰ। ਅਤੇ ਉਹ ਤੋਂ ਬਾਅਦ ਸਾਡੀ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਹੈਗੀ ਆ। ਉਹਨੂੰ ਅੱਜ ਲਾਪਤਾ ਹੋਏ ਨੂੰ 8 ਦਿਨ ਹੋ ਗਏ ਆ। ਮੇਰੇ ਮੰਮਾ ਪਾਪਾ ਔਰ ਮੈਂ ਵੀ, ਅਸੀਂ ਬਹੁਤ ਸਾਰਾ ਪਰਿਵਾਰ ਹੀ ਬਹੁਤ ਜ਼ਿਆਦਾ ਦੁਖੀ ਆ। ਉਹ ਜਿੱਥੇ ਵੀ ਮੇਰੀ ਗੱਲਬਾਤ ਸੁਣ ਰਿਹਾ ਆ, ਪਲੀਜ਼ ਉਹਨੂੰ ਬੇਨਤੀ ਕੀਤੀ ਜਾਂਦੀ ਵੀ ਸਾਡੇ ਨਾਲ ਕੰਟੈਕਟ ਕਰੇ। ਮੈਂ ਇਹੀ ਅਪੀਲ ਕਰਨਾ ਚਾਹੂੰਗੀ ਕਿ ਇੰਡੀਅਨ ਸਰਕਾਰ ਨੂੰ ਮੇਰੀ ਬੇਨਤੀ ਆ ਕਿ ਹੱਥ ਜੋੜ ਕੇ ਕੋਰੀਅਨ ਸਰਕਾਰ ਨੂੰ ਜਾਂ ਉਹਨਾਂ ਨੂੰ ਕਹੋ ਕਿ ਸਾਡੀ ਛੇਤੀ ਤੋਂ ਛੇਤੀ ਸੁਣਵਾਈ ਕੀਤੀ ਜਾਵੇ। ਹਾਂਜੀ, ਰੱਖੜੀ ਨੂੰ ਰੱਖੜੀ ਵੀ ਭੇਜੀ ਗਈ ਸੀਗੀ ਉਹਨੂੰ। ਹਾਂਜੀ, ਪਹਿਲਾਂ ਹੀ ਭੇਜਦੀ ਸੀਗੀ। ਬਸ ਮੇਰੀ ਇਹੀ ਅਪੀਲ ਹੈ ਕਿ ਮੇਰਾ ਭਰਾ ਜਿੱਥੇ ਵੀ ਹੋਵੇ ਬਸ ਸਹੀ ਹੋਵੇ ਔਰ ਸਾਡੇ ਨਾਲ ਜਲਦੀ ਤੋਂ ਜਲਦੀ ਕੰਟੈਕਟ ਕਰੇ, ਬਸ ਮੈਂ ਇਹੀ ਅਪੀਲ ਕਰਨਾ ਚਾਹੁੰਦੀ ਹਾਂ ਜੀ। ਉਹ ਹਫ਼ਤਾ ਹੀ ਹੋ ਗਿਆ ਲਾਪਤਾ ਹੋਇਆ, ਪਰ ਨਾ ਉਹਨਾਂ ਦਾ ਕੋਈ ਫੋਨ ਆਇਆ ਨਾ ਕੋਈ ਮੈਸੇਜ ਆਇਆ। ਅਸੀਂ ਸਾਰੇ ਫਿਕਰ ਕਰ ਰਹੇ ਉਹਨਾਂ ਦਾ। ਸਾਡੀ ਸਰਕਾਰ ਨੂੰ ਬੇਨਤੀ ਹੈ ਵੀ ਜਿੱਥੇ ਵੀ ਹੋਵੇ ਜਲਦੀ ਤੋਂ ਜਲਦੀ ਸਾਡੇ ਨਾਲ ਕੁਨੈਕਟ ਕਰੇ। ਬਹੁਤ ਸਾਰੇ ਪਰਿਵਾਰ ਦੁਖੀ ਹੈ ਜੀ ਉਹਨਾਂ ਵਾਸਤੇ। ਦੋ ਭਾਈਆਂ ਦੇ ਇਕਲੌਤਾ ਭਾਈ ਹੈ ਜੀ, ਬਹੁਤ ਔਖਾ ਪਾਲਿਆ ਜੀ, ਬਹੁਤ ਔਖਾ ਦੇਖਿਆ ਜੀ, ਬੜੀ ਮੁਸ਼ਕਲ ਤੋਂ ਭੇਜਿਆ ਜੀ ਬਾਹਰ। ਬਸ ਸਾਡੀ ਇਹੀ ਅਪੀਲ ਹੈ ਜੀ, ਜਲਦੀ ਤੋਂ ਜਲਦੀ ਉਹ ਘਰ ਵਾਪਸ ਭੇਜ ਦਿਓ ਉਹਨੂੰ। ਹਾਂਜੀ, ਦੋ ਭੈਣਾਂ ਦੇ ਇੱਕ ਭਰਾ ਹੀ ਹੈ, ਭਰਾ ਹੈ ਜੀ ਛੋਟਾ ਹੈ। ਦੂਤ ਕਿਆ ਕਰ ਰਿਹਾ ਤੂੰ? ਕਹਿੰਦਾ ਮੈਂ ਸੁੱਤਾ ਪਿਆ। ਚੱਲ ਮੈਂ ਵਿਆਹ ਤੋਂ ਗੱਲ ਕਰ ਲੂੰਗੀ, ਤੂੰ ਸੋ ਜਾ। ਕਹਿੰਦਾ ਮੰਮੀ 3-4 ਦਿਨਾਂ ਦੀ ਛੁੱਟੀਆਂ ਮੈਂ। ਮੈਂ ਚੱਲ ਤੂੰ ਸੋ ਜਾ ਬੇਟੇ। ਕਹਿੰਦਾ ਮੈਂ ਮੰਮੀ ਰੱਖਣੀਆਂ ਨੂੰ ਨਾ ਸਰਪ੍ਰਾਈਜ਼ ਦੇਣਾ ਆਪਣੀ ਭੈਣਾਂ ਨੂੰ, ਨੌ ਲਿਖਾ ਕੇ ਆਇਆ ਨਾਲੇ 3 ਭੈਣਾਂ ਦੀ, ਇੱਕ ਆਪਣੇ ਚਾਚੇ ਕੁੜੀ ਲੜਕੀ ਕਾ। ਮੈਂ ਚੱਲ ਬੇਟੇ ਸੋ ਜਾ, ਤੂੰ ਆਰਾਮ ਕਰ ਲੈ ਜੀ, ਤੈਨੂੰ ਛੁੱਟੀ। ਸਾਨੂੰ ਕਿਆ ਪਤਾ ਸਾਡੀ ਗੱਲ ਇੰਨੀ ਹਾੜ ਗਈ ਸਾਡੇ ਬਿਕਣੀ ਇੰਨੀ ਮਾੜੀ। ਸਾਨੂੰ 8 ਦਿਨ ਹੋ ਗਿਆ ਜਰੋਂਦੇ ਹਨ। ਨਾ ਅਸੀਂ ਸੋਏ ਨਾ ਜਾਗੇ, ਮੈਨੂੰ ਸੋਇਆ ਮੈਨੂੰ, ਸਾਨੂੰ ਪਤਾ ਦਿਨ ਨਾ ਸਾਨੂੰ ਪਤਾ ਰਾਤ।
ਸਾਨੂੰ ਤਾਂ ਸਾਡਾ ਮੁੰਡਾ ਚਾਹੀਦਾ, ਸਾਨੂੰ ਕੁਛ ਨਹੀਂ